ਪਰਮ ਸਨਮਾਨ ਯੋਗ ਗੁਰੂ ਰੂਪ ਸਾਹ ਸੰਗਤ ਜੀ, ਆਪਾਂ ਸਾਰੀਆਂ ਗੁਰਸੰਗਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਿਤਾ ਨਿਰੰਕਾਰ ਪਰਮੇਸ਼ਰ ਦੀ ਪਾਵਨ ਪਵਿੱਤਰ ਯਾਦ ਨੂੰ ਸਮਰਪਿਤ ਸਮਾਗਮ ਨੇ ਜੋ ਭਾਗਾਂ ਭਰੀ ਧਰਤੀ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੌਵੇਂ ਨਾਨਕ ਨਿਰੰਕਾਰ ਪਰਮੇਸ਼ਵਰ ਨੇ ਇਸ ਧਰਤੀ ਨੂੰ ਬੜੀ ਵੱਡੀ ਮਹਾਨਤਾ ਦੇ ਕੇ ਇਹਦੇ ਵਿੱਚ ਵੱਡੇ ਸ਼ਕਤੀ, ਵੱਡੇ ਗੁਣ, ਵੱਡੀ ਭਗਤੀ, ਵੱਡੀਆਂ ਪ੍ਰਾਪਤੀਆਂ ਲਈ ਸਾਨੂੰ ਇਹ ਅਸਥਾਨ ਬਖਸ਼ਿਸ਼ ਕਰੇ ਹੈ। ਅੱਜ ਆਪਾਂ ਸੰਸਾਰ ਦੁਨੀਆਂ ਦੇ ਲੋਕ ਵਰਲਡ ਦੇ ਕੋਨੇ ਕੋਨੇ ਦੇ ਵਿੱਚੋਂ ਇਸ ਪਾਵਨ ਪਵਿੱਤਰ ਧਰਤੀ ਨੂੰ ਨਮਸਕਾਰਾਂ ਕਰਨ ਲਈ ਸਮਰਪਿਤ ਹੋ ਕੇ ਗੁਰੂ ਚਰਨਾਂ ਦੀ ਪਾਵਨ ਪਵਿੱਤਰ ਹਾਜ਼ਰੀ ਭਰਨ ਲਈ ਸ਼ਾਮਿਲ ਹੋਏ ਹੈ। ਗੁਰਮੁਖ ਪਿਆਰਿਓ, ਇਹ ਜਿਹੜੇ ਸਮੇਂ ਹੈ ਇਹ ਸਾਡੇ ਲਈ ਬਖਸ਼ਿਸ਼ਾਂ ਵਾਲੇ, ਕਿਰਪਾ ਵਾਲੇ, ਰਹਿਮਤਾਂ ਵਾਲੇ ਨੇ। ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਇਸ ਦੁਨੀਆਂ ਦੇ ਵਿੱਚ ਸਾਨੂੰ ਤਾਰਨ ਲਈ ਆਏ। ਉਹ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ 10 ਸਰੂਪ ਧਾਰਨ ਕਰੇ ਔਰ 10 ਗੁਰੂਆਂ ਨੇ ਸਾਨੂੰ ਵੱਡੀਆਂ ਵੱਡੀਆਂ ਬਖਸ਼ਿਸ਼ਾਂ, ਰਹਿਮਤਾਂ, ਕਿਰਪਾ ਕਰੀਆਂ ਔਰ 10 ਗੁਰੂਆਂ ਦੀ ਆਤਮਕ ਜੋਤ ਸ਼ਬਦ ਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪਾਂ ਦਰਸ਼ਨ ਦੀਦਾਰ ਕਰ ਰਹੇ ਹਾਂ। 10 ਜਿੰਨੀਆਂ ਵੀ ਗੁਰਸੰਗਤਾਂ ਇਸ ਭਾਗਾਂ ਭਰੀ ਧਰਤੀ 'ਤੇ ਆਏ ਹੋ ਸਾਰਿਆਂ ਨੂੰ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਸਾਹਿਬ ਵੱਲੋਂ ਔਰ ਪ੍ਰਬੰਧਕ ਸੇਵਾਦਾਰਾਂ ਵੱਲੋਂ ਜੀਓ ਆਇਆਂ, ਜੀਓ ਆਇਆਂ, ਜੀਓ ਆਇਆਂ ਕਹਿੰਦੇ ਹਾਂ ਔਰ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਕੋਟਾਨ ਕੋਟਾਨ ਵਾਰ ਨਮਸਕਾਰ ਕਰਦੇ ਹਾਂ। ਇਹ ਜਿਹੜੇ ਕਿ ਪਾਵਨ ਪਵਿੱਤਰ ਧਰਤੀ ਹੈ, ਆਓ ਪਹਿਲਾਂ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਸਿਜਦਾ ਕਰੀਏ, ਨਮਸਕਾਰਾਂ ਕਰੀਏ। ਗੁਰਮੁਖ ਪਿਆਰਿਓ, ਜਿਹੜਾ ਅੰਤਰ ਧਿਆਨ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਣਾ, ਇਹ ਵੱਡੀ ਪ੍ਰਾਪਤੀ ਹੈ। ਜਦੋਂ ਅਸੀਂ ਅੰਤਰ ਧਿਆਨ ਹੋ ਕੇ ਜਾਂਦੇ ਹਾਂ ਨਾ, ਉਦੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਸਾਨੂੰ ਜਾਣ ਸਾਰੀ ਐਂਟਰੀ ਮਿਲ ਜਾਂਦੀ ਹੈ, ਜਾਣ ਸਾਰੀ ਸਾਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਸਤਕ ਰੱਖਣ ਦਾ ਸੁਭਾਗ ਪ੍ਰਾਪਤ ਹੋ ਜਾਂਦਾ। ਆਓ ਸਾਰੀ ਗੁਰਸੰਗਤ ਆਪਣੇ ਹਿਰਦੇ ਦੇ ਵਿੱਚ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦਾ ਧਿਆਨ ਧਰ ਕੇ ਸ਼੍ਰੀ ਤਖ਼ਤ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਆਪਾਂ ਨਮਸਕਾਰਾਂ ਕਰਦੇ ਹਾਂ। ਗੁਰੂ ਪਾਤਸ਼ਾਹ ਨੇ ਜੋ ਇਸ ਮਹਾਨ ਪਵਿੱਤਰ ਧਰਤੀ 'ਤੇ ਆਪਣੇ ਚਰਨ ਮੁਬਾਰਕ ਪਾਏ ਨੇ, ਇਸ ਧਰਤੀ ਦਾ ਜਰਾ ਜਰਾ ਗੁਰੂ ਮਹਾਰਾਜ ਦੇ ਚਰਨਾਂ ਨਾਲ ਬਖਸ਼ਿਆ ਹੋਇਆ ਹੈ। ਇਹ ਧਰਤੀ ਆਨੰਦਾਂ ਦੀ ਪੁਰੀ ਹੈ, ਇੱਥੋਂ ਗੁਰਮੁਖ ਪਿਆਰਿਓ ਜੀਵਨ ਦੇ ਸਾਰੇ ਹੀ ਆਨੰਦ ਮਿਲ ਜਾਂਦੇ ਹੈ। ਇੱਥੋਂ ਸਭ ਖੁਸ਼ੀਆਂ, ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਆਪਾਂ ਉਸ ਮਹਾਨ ਪਵਿੱਤਰ ਧਰਤੀ 'ਤੇ ਸ਼ਾਮਿਲ ਹੈ, 10 ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਆਪਣਾ ਸਿਰ ਝੁਕਾ ਕੇ ਸਾਰੀ ਆਈ ਹੋਈ ਗੁਰੂ ਸੰਗਤ ਨੂੰ ਦੋਨੋਂ ਹੱਥ ਜੋੜ ਕੇ ਸਤਿਕਾਰ ਪਿਆਰ ਸਹਿਤ ਗੁਰੂ ਫਤਿਹ ਦੀ ਸਾਂਝ ਪਾਉਂਦੇ ਹਾਂ। ਇਹ ਗੁਰਮੁਖ ਪਿਆਰਿਓ, ਜਿਹੜੀ ਮਹਾਰਾਜ ਨੇ ਗੁਰੂ ਫਤਿਹ ਆਪਾਂ ਨੂੰ ਬਖਸ਼ਿਸ਼ ਕਰੀ ਹੈ, ਇਹ ਸ਼ਬਦਾਂ ਦੀ ਬੜੀ ਵੱਡੀ ਮਹਾਨਤਾ ਹੈ। ਜੇ ਸ਼ਬਦ ਬੋਲੀਏ ਨਾ, ਆਪਣੀ ਰਚਨਾ ਪਵਿੱਤਰ ਹੋ ਜਾਂਦੀ ਹੈ। ਜੇ ਸ਼ਬਦ ਸੁਣ ਲਈਏ ਤਾਂ ਸਾਡੇ ਕਰਨ ਪਵਿੱਤਰ ਹੋ ਜਾਂਦੇ ਹੈ।
ਇੱਕ ਵਾਰੀ ਫਤਿਹ ਗਜਾਉਣ ਦੇ ਨਾਲ ਦੋ ਵਾਰੀ ਵਾਹਿਗੁਰੂ ਦਾ ਨਾਮ ਉਚਾਰਨ ਹੁੰਦਾ ਹੈ। ਜੇ ਸਰਵਣ ਕਰੀਏ ਤਾਂ ਦੋ ਵਾਰੀ ਨਾਂ ਸੁਣਿਆ ਜਾਂਦਾ, ਚਾਰ ਵਾਰੀ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰਨੀ। ਉਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਗੁਰਮੁਖ ਪਿਆਰੇ, ਉਹ ਚਾਰ ਯੁੱਗ ਦਾ ਮੰਤਰ ਹੈ। ਜਿੰਨੇ ਗੁਰੂ ਅਵਤਾਰ ਯੁੱਗਾਂ ਦੇ ਵਿੱਚ ਇਸ ਪਾਵਨ ਪਵਿੱਤਰ ਧਰਤੀ 'ਤੇ ਸਾਡਾ ਮਾਰਗ ਦਰਸ਼ ਕਰਨ ਲਈ ਆਏ ਹੈ, ਉਹ ਯੁੱਗ ਗੁਰੂ ਅਵਤਾਰਾਂ ਦੇ ਨਾਮ ਦਾ ਪ੍ਰਥਮ ਅਕਸ਼ਰ ਲੈ ਕੇ ਵਾਹਿਗੁਰੂ ਸ਼ਬਦ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਿਆ। ਔਰ ਇਹ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਦਾ ਨਾਮ ਹੈ। ਇਸ ਨਾਮ ਦੀ ਮਹਾਨਤਾ ਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕਰੀ ਹੈ। ਕੀ ਕਹਿੰਦੇ ਗੁਰਮੁਖ ਪਿਆਰਿਓ, ਜਿਹੜਾ ਜੀਵ ਇਸ ਨਾਮ ਨੂੰ ਪ੍ਰਾਪਤ ਕਰ ਲੈਂਦਾ, ਪ੍ਰਾਪਤ ਕਰੀਦਾ ਕਿਵੇਂ ਆ, ਕਹਿੰਦੇ ਆਤਮਕ ਤੌਰ 'ਤੇ ਪ੍ਰਾਪਤ ਕਰਨਾ, ਇਹ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ। ਔਰ ਜਿਹੜਾ ਹਿਰਦੇ ਦੇ ਵਿੱਚ ਧਾਰਨ ਕਰਨ ਲਈ ਸਾਨੂੰ ਮਹਾਰਾਜ ਨੇ ਮਹਾਤਮ ਮਰਜ਼ਾਦਾ ਦੱਸੀ ਹੈ, ਸ਼ਬਦ ਬੋਲਣਾ, ਸ਼ਬਦ ਉਚਾਰ ਕਰ ਉਚਾਰਨ ਕਰਨਾ, ਸ਼ਬਦ ਦਾ ਜਾਪ ਕਰਨਾ। ਇਹਦੇ ਨਾਲ ਸ਼ਬਦ ਸਾਡੇ ਹਿਰਦੇ ਦੇ ਵਿੱਚ ਚਲਿਆ ਜਾਂਦਾ। ਜਦੋਂ ਸ਼ਬਦ ਹਿਰਦੇ ਵਿੱਚ ਜਾਏਗਾ ਤਾਂ ਸਾਡੇ ਅੰਦਰੋਂ ਜਿਹੜੇ ਵਿਸ਼ੇ ਵਿਕਾਰ ਹੈ ਉਹਨਾਂ ਦਾ ਨਾਸ ਹੋ ਜਾਏਗਾ, ਅੰਤਰੀਵ ਸ਼ੁੱਧੀ ਹੁੰਦੀ ਹੈ। ਜੇ ਸ਼ਬਦ ਸੁਣਾਂਗੇ, ਸ਼ਬਦ ਦਿਮਾਗ 'ਚ ਜਾਂਦੇ ਆ, ਇਹਦੇ ਨਾਲ ਸਾਡੀ ਸੁਰਤੀ ਵਿਰਤੀ ਦ੍ਰਿਸ਼ਟੀ ਸੋਚ ਵਿਚਾਰ ਸ਼ੁੱਧ ਹੁੰਦੇ ਆ। ਗੁਰਮੁਖ ਪਿਆਰਿਓ, ਵਿਸ਼ੇ ਵਿਕਾਰਾਂ ਦੀ ਸ਼ੁੱਧੀ ਔਰ ਨਿੰਦਿਆ ਚੁਗਲੀ ਈਰਖਾ ਦਵੈਸ਼ ਤੋਂ ਰਹਿਤ, ਇਹਨੂੰ ਮਹਾਰਾਜ ਕਹਿੰਦੇ ਹੈ ਭਾਈ ਇਹ ਜੀਵਨ ਸ਼ੁੱਧਤਾ ਵਾਲਾ ਜੀਵਨ ਹੈ। ਕਿੰਨਾ ਸ਼ੁੱਧ ਜੀਵਨ ਹੈ, ਕਹਿੰਦੇ ਪੂਰਨ ਖਾਲਸ ਸ਼ੁੱਧ ਹੈ, ਜਿਹਦੇ ਵਿੱਚ ਰੱਤੀ ਭਰ ਵੀ ਮਿਲਾਵਟ ਨਹੀਂ। ਇਸ ਸ਼ਬਦ ਦੇ ਨਾਲ ਸਾਡੇ ਵਿੱਚ ਗੁਣ ਆਉਂਦੇ ਆ ਅਤੇ ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਗੁਣਾਂ ਦੇ ਨਾਲ ਸਾਨੂੰ ਜੀਵਨ ਦੀ ਬਾਜੀ ਦਾ ਜਿਹੜਾ ਆਹ ਸਮਾਂ ਮਿਲਿਆ ਉਹਨੂੰ ਸਾਨੂੰ ਜਿੱਤ ਮਿਲ ਜਾਂਦੀ ਹੈ, ਜਿੱਤ ਭਾਵ ਫਤਿਹ। ਆਓ ਆਪਾਂ ਸਾਰੀ ਗੁਰਸੰਗਤ ਉਹ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਸ਼ਬਦਾਂ ਨੂੰ ਉਚਾਰਨ ਕਰੋ, ਰਚਨਾ ਪਵਿੱਤਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਇਹ ਨਾਮ ਹੈ ਇਹਦਾ ਮਹਾਰਾਜ ਨੇ ਮਹਾਤਮ ਆਪਾਂ ਨੂੰ ਦਰਸਾਤਾ ਵੀ ਇਹ ਨਾਮ ਦੀ ਕਿੱਡੀ ਵੱਡੀ ਸ਼ਕਤੀ ਹੈ। ਔਰ ਜਿਹੜੇ ਸਾਡੇ ਵਿੱਚ ਗੁਣ ਆਉਂਦੇ ਆ ਉਹਨਾਂ ਦੇ ਨਾਲ ਅਸੀਂ ਬੜੇ ਕਿਵੇਂ ਬਣਦੇ ਹਾਂ। ਇਹ ਅਨੰਦਪੁਰ ਦਾ ਜਿਹੜਾ ਮਹਾਨ ਜੋੜ ਮੇਲਾ ਇਹ, ਇਹਦੇ ਵਿੱਚ ਉਹਨਾਂ ਲੋਕਾਂ ਦੇ ਜੀਵਨ ਇਤਿਹਾਸ ਬੋਲੇ ਗਏ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਸੰਗਤ ਕਰੀ ਹੈ। ਇੱਥੇ ਉਹਨਾਂ ਲੋਕਾਂ ਦਾ ਜੀਵਨ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕੀਤਾ ਹੈ। ਇੱਥੇ ਗੁਰੂ ਪਾਤਸ਼ਾਹ ਦੇ ਪਰਿਵਾਰ ਦਾ ਇਤਿਹਾਸ ਬੋਲਿਆ ਗਿਆ, ਇੱਥੇ ਗੁਰੂ ਪਾਤਸ਼ਾਹ ਦੀ ਜੀਵਨੀ ਦੇ ਇਤਿਹਾਸ ਬੋਲੇ ਗਏ ਨੇ, ਇੱਥੇ ਗੁਰਮੁਖ ਪਿਆਰੇ ਉਹਨਾਂ ਜੀਵਨ ਵਾਲੇ ਲੋਕਾਂ ਦਾ ਵਰਣਨ ਹੋਇਆ ਹੈ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਆਪਣਾ ਆਪ ਸਮਰਪਿਤ ਕਰਤਾ ਹੈ। ਉਹ ਜਿਹੜੇ ਸ਼ਬਦ ਹੈ ਉਹ ਸਮਰਪਿਤ ਹੋਣ ਲਈ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰੇ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਸਾਡੇ ਕੋਲ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਨਾਮ ਨਹੀਂ ਉਹਨਾਂ ਚਿਰ ਸਾਨੂੰ ਗਿਆਨ ਨਹੀਂ ਮਿਲ ਸਕਦਾ ਗਾ। ਜਿੰਨਾ ਚਿਰ ਸਾਡੇ ਕੋਲ ਗਿਆਨ ਨਹੀਂ ਉਹਨਾਂ ਚਿਰ ਜੀਵਨ ਦੀ ਕੋਈ ਸੋਝੀ ਨਹੀਂ ਆ ਸਕਦੀ। ਗੁਰਮੁਖ ਪਿਆਰਿਓ, ਜੇ ਬੰਦੇ ਨੂੰ ਸੋਝੀ ਹੈ ਨਹੀਂ ਤਾਂ ਕਹਿੰਦੇ ਪਸ਼ੂ ਸਮਾਨ ਹੈ। ਸੋਝੀ ਦੇ ਨਾਲ ਮਤ ਦੇ ਨਾਲ ਹੀ ਅਸੀਂ ਇਨਸਾਨੀ ਜਾਮੇ ਦੀ ਕੀਮਤ ਜਾਣਦੇ ਹਾਂ। ਇਹ ਕੀਮਤ ਸਾਨੂੰ ਜੀਵਨ ਦੇ ਵਿੱਚ ਸਫਲ ਕਰਨ ਵਾਲੀ ਆ ਸਤਸੰਗਤ ਹੈ। ਇਹ ਜਿਹੜੀ ਸਤਸੰਗ ਹੈ ਇਹ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਇਸ ਸੰਗਤ ਦੇ ਵਿੱਚ ਆ ਕੇ ਸਾਡੇ ਮਨ ਦੀ ਮੈਲ ਧੋਤੀ ਜਾਂਦੀ ਹੈ। ਜਦੋਂ ਸਾਡਾ ਮਨ ਸ਼ੁੱਧ ਹੋਵੇ ਫਿਰ ਸਾਡੇ ਗੁਰਮੁਖ ਪਿਆਰਿਓ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਗੁਣਾਂ ਦੇ ਨਾਲ ਹੀ ਬੰਦੇ ਨੂੰ ਗਿਆਨ ਮਿਲਦਾ ਅਤੇ ਗਿਆਨ ਨਾਲ ਹੀ ਗੁਣ ਮਿਲਦੇ ਆ।
ਇਹ ਦੋਨੋਂ ਇੱਕ ਦੂਜੇ ਦੇ ਪੱਖ ਸੂਚਕ ਨੇ। ਗੁਣ ਨਾਲ ਗਿਆਨ, ਗਿਆਨ ਦੇ ਨਾਲ ਗੁਣ। ਮਹਾਰਾਜ ਨੇ ਸਾਨੂੰ ਇਹ ਸ਼ਬਦਾਂ ਦੇ ਵਿੱਚ ਫਰਮਾਨ ਕਰਿਆ। ਆਪਾਂ ਅੱਜ ਬਹੁਤ ਵੱਡੇ ਭਾਗਾਂ ਵਾਲੇ ਹੈ ਜੋ ਇਸ ਮਹਾਨ ਤੀਰਥ ਤੇ ਆਪਾਂ ਇਕੱਤਰ ਹੋਏ ਹਾਂ, ਜਿੱਥੇ ਸਾਡੇ ਗੁਰੂ ਮਹਾਰਾਜ ਦੇ ਚਰਨ ਮੁਬਾਰਕ ਪਾਏ ਹੋਏ ਆ। ਅੱਜ ਅਸੀਂ ਉਸ ਧਰਤੀ ਤੇ ਸ਼ਾਮਲ ਹੈ ਜਿੱਥੇ ਗੁਰਮੁਖ ਪਿਆਰਿਓ ਧਰਮ ਦੀ ਰਾਖੀ ਲਈ ਸਾਨੂੰ ਉਪਦੇਸ਼ ਸੰਦੇਸ਼ ਦਿੱਤਾ ਗਿਆ। ਅੱਜ ਅਸੀਂ ਉਸ ਧਰਤੀ ਤੇ ਸ਼ਾਮਲ ਹੈ ਜਿੱਥੇ ਸਾਨੂੰ ਗੁਰੂ ਮਹਾਰਾਜ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਸਮਰਪਿਤ ਹੋਣ ਦੀ ਸ਼ਕਤੀ ਦਾ ਗਿਆਨ ਦਿੱਤਾ। ਇੱਥੇ ਗੁਰਮੁਖ ਪਿਆਰਿਓ ਗੁਰੂ ਦੇ ਪਿਆਰੇ ਬਣਨ ਲਈ ਆਪਣੇ ਸਿਰ ਦੀ ਭੇਟ ਦਿੱਤੀ ਗਈ ਹੈ। ਇੱਥੇ ਖਾਲਸਾ ਪੰਥ ਦਾ ਜਨਮ ਹੋਇਆ, ਇੱਥੇ ਖੰਡੇ ਦੀ ਪਹੁਲ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੋਈ ਹੈ, ਇੱਥੋਂ ਖਾਲਸਾ ਪੰਥ ਦਾ ਜਨਮ ਹੋਇਆ। ਇਹ ਉਹ ਮਹਾਨ ਧਰਤੀ ਹੈ ਜਿੱਥੇ ਸਾਡੇ ਵਿੱਚ ਪੂਰਨ ਸ਼ਕਤੀਆਂ ਦਾ ਸੋਮਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਤਾ ਹੈ। ਇਸ ਧਰਤੀ ਤੋਂ ਮਹਾਰਾਜ ਨੇ ਸਾਨੂੰ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਨੇ। ਉਹਨਾਂ ਬਖਸ਼ਿਸ਼ਾਂ ਦੇ ਵਿੱਚੋਂ ਮੈਂ ਇੱਕ ਸ਼ਬਦ ਕਿਹਾ ਜਿਹੜਾ ਆਪਾਂ ਸਾਰੀ ਗੁਰਸੰਗਤ ਨੇ ਉਚਾਰਨ ਕਰਿਆ, ਰਸ਼ਨਾ ਪਵਿੱਤਰ ਕਰੀ ਹੈ। ਇਹ ਜਿਹੜੀ ਧਰਤੀ ਹੈ ਸਾਡੇ ਗੁਰੂਆਂ ਦੀ ਧਰਤੀ ਹੈ, ਇਹ ਪੀਰਾਂ ਦੀ ਧਰਤੀ ਹੈ, ਇਹ ਸ਼ਹੀਦਾਂ ਦੀ ਧਰਤੀ ਹੈ, ਇਹ ਮਰ ਜੀਵੜਿਆਂ ਦੀ ਧਰਤੀ ਹੈ, ਇਹ ਬਲੀਦਾਨ ਦੇਣ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸੇਵਾ ਕਰਨ ਵਾਲੇ ਜੀਵਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਨਾਮ ਜਪਣ ਨੂੰ ਸਮਰਪਿਤ ਲੋਕਾਂ ਦੀ ਧਰਤੀ ਹੈ। ਇੱਥੋਂ ਗੁਰਮੁਖ ਪਿਆਰਿਓ ਪੂਰਨ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰੇਮ ਪਰਮਾਤਮਾ ਪਰਮੇਸ਼ਰ ਦੇ ਮਿਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇੱਥੇ ਖਾਲਸੇ ਦੇ ਵਿੱਚ ਇੰਨੇ ਗੁਣ ਦਿੱਤੇ ਆ ਮਹਾਰਾਜ ਨੇ, ਖਾਲਸੇ ਨੂੰ ਪਰਮਾਤਮਾ ਪਰਮੇਸ਼ਰ ਦਾ ਦਰਜਾ ਦੇ ਕੇ ਦੱਸਿਆ ਵੀ ਜਿਹੜੇ ਖਾਲਸੇ ਜੀਵਨ ਵਿੱਚ ਆ ਜਾਂਦੇ ਆ ਉਹਨਾਂ ਲੋਕਾਂ ਨੂੰ ਕਿੰਨੀ ਸ਼ਕਤੀ ਮਿਲ ਜਾਂਦੀ ਹੈ। ਅੱਜ ਆਪਾਂ ਉਸ ਧਰਤੀ 'ਤੇ ਹੈ, ਆਓ ਇਹ ਗੁਰੂਆਂ ਨੂੰ ਅਤੇ ਗੁਰੂ ਪਰਿਵਾਰ ਨੂੰ, ਗੁਰੂ ਸਿੱਖ ਪਰਿਵਾਰ ਨੂੰ ਯਾਦ ਕਰਦਿਆਂ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਇੱਕ ਜੈਕਾਰਾ ਲਾਉਣਾ ਹੈ। ਉਹ ਜਿਹੜਾ ਜੈਕਾਰਾ ਨਾ, ਉਹਦੇ ਵਿੱਚ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਮਹਾਤਮ ਹੈ। ਉਸ ਜੈਕਾਰੇ ਦੇ ਵਿੱਚ ਨਾਮ ਜਪਣ ਵਾਲੇ ਲੋਕਾਂ ਦੇ ਜੀਵਨ ਦਾ ਮਹਾਤਮ ਹੈ। ਅਤੇ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਵੀ ਅਸੀਂ ਪ੍ਰਾਪਤੀਆਂ ਕਿਵੇਂ ਕਰਦੇ ਹਾਂ। ਆਓ ਸਾਰੀ ਗੁਰਸੰਗਤ, ਚਾਹੇ ਲੰਗਰਾਂ ਵਿੱਚੋਂ, ਚਾਹੇ ਸੜਕ 'ਤੇ ਜਾ ਰਹੇ ਹੋ, ਚਾਹੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਰਹੇ ਹੋ, ਜਾਂ ਵੱਖ ਵੱਖ ਥਾਵਾਂ 'ਤੇ ਸੇਵਾਵਾਂ ਕਰ ਰਹੇ ਹੋ, ਜਾਂ ਗੱਡੀਆਂ ਮੋਟਰਾਂ ਦੇ ਵਿੱਚ ਜਾ ਰਹੇ ਹੋ, ਜਾਂ ਪੰਡਾਲ ਦੇ ਵਿੱਚ ਬੈਠੇ ਹੋ, ਆਓ ਸਾਰੇ ਰਲ ਮਿਲ ਕੇ ਇੱਕ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਕੇ ਜੈਕਾਰਾ ਲਾਈਏ। ਸਾਰੀ ਗੁਰਸੰਗਤ ਇੱਕ ਧਿਆਨ, ਇੱਕ ਰਸ, ਪ੍ਰੇਮ ਸਹਿਤ ਇਸ ਜੈਕਾਰੇ ਨੂੰ ਉਚਾਰਨ ਕਰਨਾ, ਤਾਂ ਕਿ ਆਪਾਂ ਗੁਰੂ ਮਹਾਰਾਜ ਦੀ ਬਾਣੀ ਦੀ ਅਮਰ ਕਥਾ ਦਾ ਆਰੰਭ ਕਰਨਾ ਹੈ। ਇਹਦੇ ਨਾਲ ਸਾਨੂੰ ਮਹਾਤਮ ਦੱਸਿਆ। ਆਓ ਸਾਰੀ ਗੁਰਸੰਗਤ ਪ੍ਰੇਮ ਪਿਆਰ ਸਹਿਤ ਕਿਹੋ, ਬੋਲੇ ਸੋਨਿਹਾ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਨੂੰ ਨਮਸਕਾਰ ਹੈ। ਗੁਰਮੁਖ ਪਿਆਰੇ ਇੱਕ ਜਕਾਰਾ ਹੋਰ, ਬੋਲੇ ਸੋਨਿਹਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਨੂੰ ਨਮਸਕਾਰ ਹੈ। ਇੱਕ ਜਕਾਰਾ ਹੋਰ, ਬੋਲੇ ਸੋਨਿਹਾ। ਇਹ ਸਾਡੀ ਜਗਤ ਮਾਤਾ ਮਾਤਾ ਗੁਜਰੀ, ਜਿਨ੍ਹਾਂ ਨੇ ਪਹਿਲਾਂ ਧਰਮ ਹੇਤ ਆਪਣੇ ਪਤੀ ਨੂੰ ਸੀਸ ਦੇਣ ਲਈ ਦਿੱਲੀ ਵੱਲ ਰਵਾਨਾ ਕਰਤਾ, ਜਿਨ੍ਹਾਂ ਨੇ ਗੁਰਮੁਖ ਪਿਆਰੇ ਆਪਣੇ ਛੋਟੇ ਛੋਟੇ ਨੰਨੇ ਪੋਤਰਿਆਂ ਨੂੰ ਇੱਕ ਸ਼ਹਾਦਤ ਦਾ ਜਾਮ ਪੀਣ ਦਾ ਗਿਆਨ ਦਿੱਤਾ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪ੍ਰਭੂ ਪਰਮਾਤਮਾ ਦੇ ਭਾਣੇ ਦੇ ਵਿੱਚ ਗੁਜ਼ਾਰੀ,
ਇਹ ਉਹ ਜਗਤ ਮਾਤਾ ਮਾਤਾ ਗੁਜ਼ਰੀ ਨੂੰ ਨਮਸਕਾਰ ਹੈ। ਆਓ ਇੱਕ ਨਮਸਕਾਰ ਗੁਰੂ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਜਕਾਰਾ ਬੋਲੇ ਗੁਰੂ ਮਹਾਰਾਜ ਨੂੰ ਆਪਣਾ ਆਪ ਸਮਰਪਿਤ ਕਰਿਆ ਹੈ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਗੁਰੂ ਪਾਤਸ਼ਾਹ ਦੇ ਪੰਜ ਪਿਆਰੇ। ਇਸ ਮਹਾਨ ਧਰਤੀ ਦੀ ਮਰਜ਼ਾਦਾ, ਇਸ ਧਰਤੀ ਦੀ ਮਹਾਨਤਾ, ਉਹਨਾਂ ਲੋਕਾਂ ਨੇ ਗੁਰਮੁਖ ਪਿਆਰੇ ਉਹ ਆਪਣੇ ਗੁਰੂ ਨੂੰ ਸੀਸ ਭੇਟਾ ਕਰਕੇ ਨੂੰ ਹੋਰ ਵੀ ਚਾਰ ਚੰਨ ਲਾਏ। ਜੋ ਸਾਨੂੰ ਖਾਲਸੇ ਦਾ ਖਿਤਾਬ ਮਿਲਿਆ ਨਾ, ਇਹ ਉਹਨਾਂ ਸਿੰਘਾਂ ਦੀਆਂ ਬਖਸ਼ਿਸ਼ਾਂ, ਉਹਨਾਂ ਦੀਆਂ ਸੇਵਾਵਾਂ, ਉਹਨਾਂ ਦੀ ਸ਼ਰਧਾ, ਉਹਨਾਂ ਦਾ ਪ੍ਰੇਮ, ਅਤੇ ਇਦੋਂ ਅੱਗੇ ਬੰਦਾ ਦੇ ਵੀ ਕੁਛ ਨਹੀਂ ਸਕਦਾ, ਸਿਰ ਤੋਂ ਅੱਗੇ ਕੁਛ ਨਹੀਂ ਰਹਿ ਜਾਂਦਾ। ਉਹ ਪਿਆਰੇ ਹੋ ਜਿਹਨੇ ਗੁਰੂ ਪਾਤਸ਼ਾਹ ਨੂੰ ਆਪਣਾ ਸਿਰ ਭੇਟ ਕਰਤਾ ਨਾ, ਇਦੋਂ ਅੱਗੇ ਕੁਛ ਨਹੀਂ ਹੈਗਾ। ਅਤੇ ਜੇ ਹੋਊਗਾ ਫਿਰ ਉਹ ਰੱਖਦਾ ਲੁਕੋ ਕੇ, ਉਹ ਵੀ ਹੈ ਨਹੀਂ ਗਾ। ਜਿਹਨੂੰ ਸਿਰ ਦੇ ਤਾ ਫਿਰ ਉਹ ਗੁਰੂ ਤੋਂ ਕੁਛ ਨਹੀਂ ਲੁਕੋ ਸਕਦਾ। ਉਹਨਾਂ ਪੰਜਾਂ ਪਿਆਰੇ ਗੁਰੂ ਪਾਤਸ਼ਾਹ ਨੂੰ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਅਰਪਣ ਕਰਿਆ, ਅਤੇ ਸਾਰਾ ਗੁਰੂ ਸਿੱਖ ਪਰਿਵਾਰ ਹੈ ਜਿਹੜਾ ਇੱਕ ਜਕਾਰਾ ਉਹਨਾਂ ਦੀ ਯਾਦ ਵਿੱਚ ਸਾਰੀ ਗੁਰਸੰਗਤ ਨੇ ਪ੍ਰੇਮ ਪਿਆਰ ਸਹਿਤ ਲਾਉਣਾ ਬੋਲੇ ਸੋਨਾ। ਇਹ ਅੱਜ ਦੇ ਦਿਨ ਦੀ ਮਹਾਨਤਾ ਹੈ ਗੁਰੂ ਪਿਆਰਿਓ। ਮਾਰੀ ਕਹਿੰਦੇ ਜੋ ਬੋਲੇ ਸੋ ਨਿਹਾਲ। ਬੋਲਣਾ ਕੀ ਹੈ? ਸਤ ਸ਼੍ਰੀ ਅਕਾਲ। ਭਾਵ ਸਾਨੂੰ ਪਰਮੇਸ਼ਰ ਦੇ ਨਾਮ ਦਾ ਮਹਾਤਮ ਦਿੱਤਾ ਗਿਆ, ਉਹ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਦਾ ਮਹਾਤਮ ਦੱਸਿਆ। ਨਾਮ ਜਪਣ ਦੇ ਨਾਲ ਸਾਡਾ ਜੀਵਨ ਕਿੰਨਾ ਉੱਚਾ ਹੋ ਜਾਂਦਾ ਇਹਦਾ ਮਹਾਤਮ ਦੱਸਿਆ ਹੈ। ਨਾਮ ਜਪਣ ਦੇ ਨਾਲ ਕਿੰਨੇ ਗੁਣ ਪੈਦਾ ਹੋ ਜਾਂਦੇ ਆ ਇਹਦਾ ਮਹਾਤਮ ਦੱਸਿਆ। ਆ ਜਿਹੜੀ ਸਤਸੰਗ ਕਰਦੇ ਆ ਨਾ, ਇਹ ਗੁਰਮੁਖ ਪਿਆਰਿਓ, ਇਹ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਮਹਾਤਮ ਜਾਣਨ ਲਈ ਹੈ। ਗੁਰੂ ਬਾਣੀ ਦਾ ਲੇਖ ਹੈ, ਕਹਿੰਦੇ ਸਤ ਸੰਗਤ ਉਹੀ ਜਾਣੀਆਂ ਜਿੱਥੇ ਏਕਾ ਨਾਮ ਵਿਖਾਣੀਆਂ। ਸਤਸੰਗ ਉਹਨੂੰ ਕਹਿੰਦੇ ਆ ਜਿੱਥੇ ਇੱਕੋ ਹੀ ਪਰਮੇਸ਼ਰ ਦੇ ਨਾਮ ਦਾ ਮਹਾਤਮ ਹੋਵੇ, ਜਿੱਥੇ ਇੱਕੋ ਪਰਮਾਤਮਾ ਪਰਮੇਸ਼ਰ ਦੇ ਗੁਣ ਗਾਏ ਜਾਣ, ਜਿੱਥੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਲਈ ਸਮਰਪਿਤ ਹੋਇਆ ਜਾਵੇ, ਜਿੱਥੇ ਗੁਰੂ ਮਹਾਰਾਜ ਦਾ ਹੁਕਮ ਮੰਨਿਆ ਜਾਵੇ। ਗੁਰੂ ਪਾਤਸ਼ਾਹ ਦਾ ਹੁਕਮ ਕੀ ਹੈ? ਗੁਰਮੁਖ ਪਿਆਰਿਓ, ਦਸਵੇਂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਹੁਕਮ ਲਾ ਕੇ ਗਏ ਆ। ਕੀ ਕਹਿੰਦੇ? ਆਗਿਆ ਭਈ ਅਕਾਲ ਕੀ ਤਵਹਿ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਗੁਰੂ ਪਾਤਸ਼ਾਹ ਦਾ ਸਨਮੁੱਖ ਸਰੂਪ ਹੈ। ਇਹਦੇ ਵਿੱਚੋਂ ਪ੍ਰਾਪਤੀ ਕੀ ਕਰਨੀ ਹੈ? ਇਹ ਸ਼ਬਦ ਤਾਂ ਬੜੇ ਮਹਾਤਮਾ ਵਾਲੇ ਨੇ, ਬੜੀ ਮਰਜ਼ਾਦਾ ਹੈ। ਇਹਦਾ ਅੱਗੇ ਵਰਣਨ ਕਰਿਆ ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸ਼ਤਾਰੈ। ਇਹ ਬਾਣੀ ਹੈ ਜਿਹੜੀ, ਇਹ ਗੁਰਮੁਖ ਪਿਆਰਿਓ ਸਾਡੇ ਗੁਰੂਆਂ ਦੀ ਬਾਣੀ ਹੈ। ਇਸ ਬਾਣੀ ਦੀ ਮਹਾਨਤਾ ਹੈ, ਇਹਦੇ ਵਿੱਚ ਸੰਤਾਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਸਿੱਖਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਅਤੇ ਗੁਰੂ ਪਾਤਸ਼ਾਹ ਦੀ ਆਪਣੀ ਰਚੀ ਹੋਈ ਬਾਣੀ ਹੈ। ਸਾਰੀ ਬਾਣੀ ਨੂੰ ਗੁਰੂ ਪੰਜਵੇਂ ਪਾਤਸ਼ਾਹ ਨੇ ਗੁਰੂ ਬਾਣੀ ਦਾ ਖਿਤਾਬ ਦਿੱਤਾ। ਅਤੇ ਜਦੋਂ ਦਸਵੇਂ ਰੂਪ ਦੇ ਵਿੱਚ ਆਏ ਪਾਤਸ਼ਾਹ, ਤੇ ਸਾਰੀ ਬਾਣੀ ਨੂੰ ਗੁਰਮੁਖ ਪਿਆਰਿਓ ਗੁਰੂ ਦਾ ਖਿਤਾਬ ਦਿੱਤਾ। ਮਹਾਰਾਜ ਕਹਿੰਦੇ ਇਹ ਬਾਣੀ ਗੁਰੂ ਦੀ ਹੈ, ਅਤੇ ਇਹ ਬਾਣੀ ਸਾਡਾ ਗੁਰੂ ਹੈ। ਇਸ ਬਾਣੀ ਦੇ ਵਿੱਚ ਸਾਰਾ ਅੰਮ੍ਰਿਤ ਰਸ ਹੈ। ਅੰਮ੍ਰਿਤ, ਅੰਮ੍ਰਿਤ ਕਹਿੰਦੇ ਆ ਜ਼ਿੰਦਗੀ ਤੇ ਮੌਤ ਤੋਂ ਰਹਿਤ ਕਰਨ ਵਾਲਾ ਪਾਣੀ, ਜਿਹੜਾ ਮਰਤ ਤੋਂ ਹੈ ਜਿੱਤ ਵਿਜੇ ਪਾਉਣ ਵਾਲਾ ਜਲ। ਜਿਹੜਾ ਅੰਮ੍ਰਿਤ ਪੀ ਲੈਣਾ ਗੁਰਮੁਖ ਪਿਆਰੇ, ਉਹ ਮੌਤ ਨੂੰ ਜਿੱਤ ਲੈਂਦਾ ਹੈ। ਮਹਾਰਾਜ ਕਹਿੰਦੇ ਇਹਦੇ ਵਿੱਚ ਉਹ ਰਸ ਹੈ,
ਪਰ ਹੈ ਕਿੰਨੇ ਪ੍ਰਕਾਰ ਦਾ ਮਹਾਰਾਜ ਕਹਿੰਦੇ ਸਾਰਾ ਰਸ ਇਹਦੇ ਵਿੱਚ ਹੈ। ਇਹਤੋਂ ਪ੍ਰਾਪਤੀ ਕਿਵੇਂ ਹੁੰਦੀ ਹੈ? ਇਹ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਨੇਤਰਾਂ ਦੇ ਨਾਲ ਰਸ ਪੀਤਾ ਜਾਂਦਾ ਹੈ। ਇਹ ਗੁਰੂ ਬਾਣੀ ਸੁਣ ਕੇ ਕੰਨਾਂ ਦੇ ਨਾਲ ਰਸ ਪ੍ਰਾਪਤ ਹੁੰਦਾ ਹੈ। ਇਹ ਗੁਰੂ ਬਾਣੀ ਦਾ ਜਾਪ ਕਰਕੇ ਰਸ਼ਨਾਂ ਦੇ ਨਾਲ ਵੀ ਰਸ ਪ੍ਰਾਪਤ ਹੁੰਦਾ ਹੈ। ਇਹਦਾ ਇੱਕ ਇੱਕ ਸ਼ਬਦ ਅੰਮ੍ਰਿਤ ਰਸ ਨਾਲ ਭਰਿਆ ਹੈ। ਉਹ ਜਿਹੜਾ ਅੰਮ੍ਰਿਤ ਰਸ ਹੈ ਉਹਨੂੰ ਆਪਾਂ ਪ੍ਰਾਪਤ ਕਰਨਾ। ਜਦੋਂ ਪ੍ਰਾਪਤ ਕਰੀਦਾ ਨਾ, ਇੱਕ ਵਾਰੀ ਕੋਈ ਬਹੁਤ ਵੱਡੇ ਮਹਾਂਪੁਰਸ਼ ਸੰਤ ਉਹ ਆਪਣੀ ਵਿਚਾਰ ਕਰ ਰਹੇ ਸੀ। ਉਹ ਵਿਚਾਰ ਕਰਦੇ ਕਹਿੰਦੇ ਨਾ, ਕਹਿੰਦੇ ਭਾਈ ਜਣੋ ਜਦੋਂ ਕਿੰਨੀ ਸ਼ਕਤੀ ਵਾਲੀ ਚੀਜ਼ ਹੋਵੇ ਨਾ, ਕਹਿੰਦੇ ਉਹਨੂੰ ਹੀ ਸ਼ਕਤੀ ਵਾਲੇ ਬਰਤਨ ਦੇ ਵਿੱਚ ਪ੍ਰਾਪਤ ਕਰਨੀ ਪੈਂਦੀ ਆ। ਉਹ ਕਹਿੰਦੇ ਜਿੰਨੀ ਸ਼ਕਤੀ ਵਾਲੀ ਚੀਜ਼ ਆ ਉਹਨਾਂ ਬਰਤਨ ਤਾਕਤਵਰ ਚਾਹੀਦਾ। ਤੇ ਜੇ ਕਹਿੰਦੇ ਸ਼ੇਰਨੀ ਦਾ ਦੁੱਧ ਚੋਣਾ ਹੋਵੇ ਨਾ, ਕਹਿੰਦੇ ਬਰਤਨ ਸ਼ੁੱਧ ਸੋਨੇ ਦਾ ਚਾਹੀਦਾ। ਕਹਿੰਦੇ ਜੇ ਲੋਹੇ ਦੇ ਬਰਤਨ ਵਿੱਚ ਚੋਦੋ ਤਾਂ ਉਹਦੀ ਇੰਨੀ ਸ਼ਕਤੀ ਆ ਬਰਤਨ ਹੀ ਖਤਮ ਹੋ ਜਾਂਦਾ, ਪਾਟ ਜਾਂਦਾ, ਉਹਦੇ 'ਚ ਦੁੱਧ ਨਹੀਂ ਟਿਕ ਸਕਦਾ। ਕਹਿੰਦੇ ਉਹਦੇ 'ਚ ਇੰਨੀ ਤਾਕਤ ਆ ਸ਼ੁੱਧ ਸੋਨੇ ਦਾ ਬਰਤਨ ਹੋਵੇ, ਉਹਦੇ ਵਿੱਚ ਖੋਟ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਜਿਹੜਾ ਨਾਮ ਰਸ ਆ ਨਾ, ਇਹ ਗੁਰਮੁਖ ਪਿਆਰੇ ਉਹ ਰੱਖਣ ਵਾਸਤੇ ਸਾਡਾ ਹਿਰਦਾ ਵੀ ਸ਼ੁੱਧ ਚਾਹੀਦਾ। ਹਿਰਦਾ ਸ਼ੁੱਧ ਇਸੇ ਰਸ ਨਾਲ ਹੀ ਹੁੰਦਾ। ਇਸ ਲਈ ਆਪਣੇ ਹਿਰਦੇ ਰੂਪੀ ਬਰਤਨ ਨੂੰ ਆਪਾਂ ਪੂਰਨ ਗੁਰੂ ਪਾਤਸ਼ਾਹ ਦੇ ਅਰਪਣ ਕਰ ਦਈਏ। ਉਸ ਹਿਰਦੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਇੱਕ ਇੱਕ ਬੂੰਦ ਨਾਮ ਰਸ ਦੀ ਪਾ ਕੇ ਸਾਨੂੰ ਉਹ ਅੰਮ੍ਰਿਤ ਦੀ ਦਾਤ ਦੇਣਗੇ, ਜਿਹਦੇ ਨਾਲ ਸਾਡਾ ਸਾਰਾ ਹੀ ਹਿਰਦਾ ਸ਼ੁੱਧ ਹੋ ਜਾਏਗਾ। ਜਦੋਂ ਅੰਦਰਲੀ ਸ਼ੁੱਧੀ ਹੁੰਦੀ ਹੈ ਨਾ, ਵਿਸ਼ੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸ਼ਾ ਤ੍ਰਿਸ਼ਨਾ ਨਿੰਦਿਆ ਚੁਗਲੀ ਈਰਖਾ ਦਵੈਸ਼, ਇਹ ਕਹਿੰਦੇ ਸਾਰਾ ਕੁਝ ਖਤਮ ਹੋ ਜਾਂਦਾ ਜਿੱਥੇ ਨਾਮ ਰਸ ਚਲਿਆ ਜਾਵੇ।